ਦੇਖੋ ਵੀ ਟਰੈਕਟਰ ਚੱਲੀ ਜਾਂਦਾ 3600-2 ਅਤੇ ਨੇੜੇ ਆ ਜਾਂਦਾ ਟਰੈਕਟਰ, ਥੋੜ੍ਹਾ ਜਿਹਾ ਦੇਖਦੇ ਹਾਂ ਫਿਰ ਪੁੱਛਦੇ ਹਾਂ। ਦੋਨੇ ਲੀਵਰ ਧਰਦੇ ਥੱਲੇ, ਦੋਨੇ ਥੱਲੇ ਧਰਦੇ, ਦੇਖੋ ਬਈ ਦੂਸਰਾ ਲੋਕ ਏਰਾ ਗਾ, ਸਫਾਈ ਦੇਖੋ ਜੀ ਉਹਦਾ ਬਾਹਿਆ ਹੋਇਆ ਬਹਾਣਾ, ਵੀ ਉਹ ਪਿੱਛੇ ਨਾਲੋਂ ਫਰਕ ਹੈਗਾ ਇਹ 'ਚ ਦੇਖੋ। ਕਰਤੀ ਹਾਂਜੀ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਹਰਮਨ ਬੈਰੀਵਾਲ 888 'ਤੇ, ਅਤੇ ਹੋਪ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਕਣਕ ਦੀ ਬਿਜਾਈ ਚੱਲ ਰਹੀ ਹੋਊ, ਸਾਰਿਆਂ ਨੇ ਜੀਰੀ ਜੂਰੀ ਵੱਢ ਲਈ ਹੋਊ, ਅਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਗਏ ਨਿਊ ਹੋਲੈਂਡ ਟਰੈਕਟਰ, ਨਿਊ ਹੋਲੈਂਡ 3600 ਟਰੈਕਟਰ ਆ, ਅਤੇ ਆਹ ਬਾਈ ਹੋਰਾਂ ਦਾ ਟਰੈਕਟਰ ਆ, ਅਤੇ ਆਪਾਂ ਇਹਨਾਂ ਤੋਂ ਲੈਂਦੇ ਹਾਂ ਸਾਰਾ ਰਿਵਿਊ ਵੀ ਕਿਵੇਂ ਇਹਨਾਂ ਨੇ ਚਲਾਇਆ। ਸਵਾਗਤ ਹੈ ਤੁਹਾਡਾ ਆਪਣੇ ਵੀਡੀਓ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਸੀ ਗੱਲਾਂ ਦਾ? ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ, ਉੱਚੀ ਵੱਲੋਂ ਬੜਾ ਜੀ। ਅਤੇ ਟਰੈਕਟਰ ਦੱਸੋ ਜੀ ਆਪਣਾ ਕਿਹੜਾ ਟਰੈਕਟਰ ਆ, ਕਿੰਨਾ ਮਾਡਲ ਆ? ਟਰੈਕਟਰ ਆਪਣਾ 2009 ਮਾਡਲ ਆ ਜੀ, 3600-2 3600-2 ਆਲਰਾਊਂਡਰ। ਹਾਂ, ਆਲਰਾਊਂਡਰ ਟਰੈਕਟਰ ਆ 3600-2। ਤਿੰਨ ਸਿਲੰਡਰ? ਟਰਬੋ? ਟਰਬੋ ਤਾਂ ਨਹੀਂ ਹੁੰਦੀ, ਟਰਬੋ ਨਹੀਂ ਹੈਗੀ, 3 ਸਪੀਡ। 3 ਸਪੀਡ ਹੈਗਾ, 2 ਸਪੀਡ ਵੀ ਹੁੰਦੀ 'ਚ? 2 ਸਪੀਡ ਵੀ ਆਏ ਨੇ। 2 ਸਪੀਡ ਟਰੈਕਟਰ ਆ, ਅਤੇ 3600-2 ਨੌ ਮਾਡਲ, 2009 ਮਾਡਲ, ਅਤੇ ਉਹ ਟਰੈਕਟਰ ਚੱਲੀ ਜਾਂਦਾ ਪਿੱਛੇ, ਥੋੜ੍ਹਾ ਜਿਹਾ ਨੇੜੇ ਆ ਜਾਂਦਾ, ਫਿਰ ਦਿਖਾਉਣਾ ਤੁਹਾਨੂੰ ਵੀਡੀਓ। ਸੁਪਰ ਸੀਡਰ ਦੇ ਉੱਪਰ ਚੱਲ ਰਿਹਾ, ਕਿਹੜੀ ਕੰਪਨੀ ਦਾ ਸੁਪਰ ਸੀਡਰ ਆ, ਕਿਆ ਫੁੱਟਾ? 7 ਫੁੱਟਾ ਸੁਪਰ ਸੀਡਰ, 7 ਫੁੱਟਾ ਸੁਪਰ ਸੀਡਰ, ਜਸਵੰਤ ਵਾਲਿਆਂ ਦਾ ਸੁਨਾਮ, ਜਸਵੰਤ ਸੁਨਾਮ ਵਾਲਿਆਂ ਦਾ ਸੁਪਰ ਸੀਡਰ ਆ। ਅਤੇ ਇਸ ਵਾਰੀ ਚਲਾਇਆ ਬਈ? ਟਰੈਕਟਰ ਚੱਲੀ ਜਾਂਦਾ 3600-2 ਤੇ ਨੇੜੇ ਆ ਜਾਂਦਾ ਟਰੈਕਟਰ, ਥੋੜਾ ਜਿਹਾ ਦੇਖਦੇ ਆ ਫਿਰ ਪੁੱਛਦੇ ਆ ਕਿਵੇਂ ਇਹਨਾਂ ਨੂੰ ਟਰੈਕਟਰ। 3600-2 3 ਸਪੀਡ ਵਾਲਾ ਸਪੈਸ਼ਲ ਤਾਂ ਇਹ ਕਰਕੇ ਇਹਦੀ ਵੀਡੀਓ ਆ, ਕਿਉਂਕਿ ਇਹ ਟਾਵੇਂ ਟੱਲੇ ਨੇਗੇ 3 ਸਪੀਡ ਦੇ ਵਿੱਚ ਡੈਸ਼ 2। ਆਪਣੇ ਤਾਂ ਇੱਕੋ ਹੀ ਆ ਇਹ 3600-2, ਦੋ ਟਰੈਕਟਰ ਨੇ ਸਾਡੇ ਵੀ, ਅਤੇ ਇਹਦੀ ਬਣਾਈ ਹੈ ਅੱਜ ਵੀਡੀਓ, ਆਪਣੇ ਮਿੱਤਰ ਦਾ ਹੀ ਟਰੈਕਟਰ ਹੈ ਇਹ ਆਪਣੇ ਹੀ। ਅਤੇ ਲਓ ਵੀ ਜਿਵੇਂ ਤੁਹਾਨੂੰ ਕਿਹਾ ਸੀ ਵੀ 3600-2 ਵੀ ਅੱਜ ਵੀਡੀਓ ਲੈ ਕੇ ਆਉਣੀ ਆ, ਅਤੇ ਆਹ ਸੀਗਾ ਟਰੈਕਟਰ 14 ਦੇ ਟਾਇਰਾਂ ਦੇ ਵਿੱਚ ਆ, ਅਤੇ ਆਹ ਬਾਈ ਉਹਨਾਂ ਦਾ ਟਰੈਕਟਰ ਹੈ। ਅਤੇ ਬਾਈ ਦੱਸੋ ਟਰੈਕਟਰ ਬਾਰੇ ਵੀ ਕਿੰਨਾ, ਮੈਨੂੰ 9 ਮਾਡਲ ਆ ਜਿਵੇਂ ਪਹਿਲਾਂ ਵੀਡੀਓ ਦੇ ਵਿੱਚ ਤੁਸੀਂ ਦੱਸਿਆ ਬਾਈ ਦੇ 9 ਮਾਡਲ ਦੇ, ਬਾਈ ਸੁਪਰ ਸੀਡਰ ਬਾਰੇ ਦੀ ਸਾਨੂੰ ਥੋੜ੍ਹੀ ਜਾਣਕਾਰੀ। ਸੁਪਰ ਸੀਡਰ 7 ਮਾਡਲ ਆ, ਨੇੜੇ ਆ ਜਾ, 22 ਮਾਡਲ ਸੁਪਰ ਸੀਡਰ ਆ, ਅਤੇ ਬਾਈ ਹੁਣ ਜਿਹੜਾ ਹੁਣ 23 ਮਾਡਲ ਆਉਂਦਾ ਹੈਗਾ ਉਹਦੇ ਵੀ ਆਹੀ ਤਵੀਆਂ ਦਾ ਸਿਸਟਮ ਆ, ਕਿ ਦੂਜਾ ਪੋਰ ਆ ਗਿਆ ਹੁੰਦੇ ਇਹੀ ਕੁਛ। ਅੱਛਾ, ਇਹੀ ਪਸੰਦ ਆ ਤੁਹਾਨੂੰ? ਵਧੀਆ ਆਪਣੇ ਕੋਲ, ਵਧੀਆ ਚੱਲਿਆ ਜਾਣਾ, ਵਧੀਆ ਚੱਲਿਆ ਹੈਗਾ, ਅਤੇ ਪਸੰਦ ਆ ਪੂਰਾ ਜਸਵੰਤ ਪੂਰਾ? ਅਤੇ ਹੋਰ ਨਹੀਂ ਕੋਈ ਦੇਖਿਆ ਫਿਰ ਜਗਜੀਤ ਵਗੈਰਾ ਕੋਈ ਮਾਰਕੀਟ ਦੇ ਵਿੱਚ ਵੀ ਹੋਰ ਵੀ ਸੁਪਰ? ਅੱਛਾ, ਰੇਟ ਰੂਟ ਕੀ ਤੀ ਇਹਦਾ ਉਸ ਟਾਈਮ? ਸਬਸਿਡੀ ਵਾਲਾ ਸੀ? ਅੱਛਾ, 2-35 ਦਾ ਬਾਈ ਸੁਪਰ ਸੀਡਰ ਆ, 7 ਫੁੱਟਾ ਸੁਪਰ ਸੀਡਰ ਆ। ਅਤੇ ਬਾਈ ਟਰੈਕਟਰ ਆਪਾਂ ਨੂੰ ਵੀ ਕੋਈ ਉਹ ਦੱਸ ਦੇ ਵੀ ਟਰੈਕਟਰ ਬਾਰੇ, ਵੀ 9 ਮਾਡਲ ਟਰੈਕਟਰ ਜਿਵੇਂ ਤੁਹਾਡਾ, ਕੋਈ ਖਰਾਬੀ ਖਰੂਬੀ ਤਾਂ ਨਹੀਂ ਆਈ ਤੁਹਾਨੂੰ ਕੋਈ? ਕੱਲੀ ਕਲੱਚ ਪਲੇਟ ਪਵਾਈ ਆ, ਹੋਰ ਕੁਛ ਨਹੀਂ। ਅੱਛਾ, ਕੱਲੀ ਕਲੱਚ ਪਲੇਟ ਪੀਟੀਓ ਵਾਲੀ ਕਿ ਦੂਸਰੀ? ਆਪਣੀ ਗੇਰਾਂ ਵਾਲੀ। ਅੱਛਾ, ਗੇਰਾਂ ਵਾਲੀ ਜਿਹੜੀ ਮੇਨ ਤੋਰੇ ਵਾਲੀ ਕਲੱਚ ਪਲੇਟ ਹੈਗੀ ਉਹ ਕਲੱਚ ਪਲੇਟ ਪਵਾਈ ਆ। ਅਤੇ ਇੰਜਣ ਬਾਈ ਕਿਵੇਂ ਸੀਲਡ ਆ ਪੂਰਾ? ਚਾਬੀ ਵੀ ਲੱਗੀ, ਮੋਡੀਫਿਕੇਸ਼ਨ ਤਾਂ ਨਹੀਂ ਹੋਈ ਹੋਈ ਕਿਤੇ? ਵੀ ਨਹੀਂ ਕਰਾਇਆ ਜੀ, ਕੁਛ ਹੱਥ ਵੀ ਲਵਾਇਆ ਬਸ, ਵੀ ਤੇਲ ਪਾਣੀ ਚੈੱਕ ਕਰ ਦਿਓ ਇੱਕ। ਅਤੇ ਲੈ ਚਲਾ ਕੇ ਦਿਖਾ ਬਾਈ ਮਾੜਾ ਜਿਹਾ ਸੁਪਰ ਸੀਡਰ, ਕਿੰਨੇ ਚੱਕਰਾਂ 'ਚ ਚਲਾਏਗਾ? 1800 ਚੱਕਰ। ਪਹਿਲਾਂ ਲੋ ਬਾਈ? ਪਹਿਲਾਂ ਮੀਡੀਅਮ, ਪਹਿਲਾਂ ਲੋ ਲਾਈ ਬਾਈ, ਦੇਖੀ ਕਿੰਨਾ ਕੁ ਤੋਰ ਹੈਗਾ, ਪਹਿਲਾਂ ਲੋ ਲਾ ਲਾ ਜਮੀ। ਦੋਨੇ ਲੀਵਰ ਧਰਦੇ ਥੱਲੇ, ਦੋਨੇ ਥੱਲੇ ਧਰਦੇ, ਦੇਖੋ ਬਈ ਦੂਸਰਾ ਲੋਕ ਏਰਾ ਗਾ, ਸਫਾਈ ਦੇਖੋ ਜੀ ਉਹਦਾ ਬਾਹਿਆ ਹੋਇਆ ਬਹਾਣਾ, ਵੀ ਉਹ ਪਿੱਛੇ ਨਾਲੋਂ ਫਰਕ ਹੈਗਾ ਇਹ 'ਚ ਦੇਖੋ। ਤੀਜਾ ਖਰਾਬ ਹੋ ਰਿਹਾ, 200 ਚੱਕਰ ਦੌੜਦਾ, 200
चौथे गेयर के 300 चक्कर तोड़ के चलता बस ट्रैक्टर ये भी देख सकते जी सुपर हीटर नाल भी पूरी सफाई दिता गा चौथा गेयर पाता हूँ तो बई ये 9 मॉडल 16 टायर च भी आ 16 अच्छा 14 चौदह जोर ज्यादा भी पहला इदू पहला ट्रैक्टर रखे गया अच्छा फोड़ जो फिके जे रंग चाहता थी बी 16 टायर च 14 च अच्छा भी करके 14 करके पसंद करे भी 14 च जोर ज्यादा लाइदा सारे पास ही ट्राली ट्रूली भी अच्छा वो तो 2 स्पीड होगा ना बई ठीक है बई सेंटर गेयर थी ट्रैक्टर दे सकते भी चौथे लो चौथे मीडियम चाहता थी होना चौथे मीडियम चाहती चौथे लो दे भी वधिया चलता गा तो अपनी वीडियो कर दो लाइक तो चैनल कर दो सबसक्राइब।